ਭਿਖਾਰੀ ਬਾਜ਼ਾਰ ਵਿੱਚ ਜਾਂਦਾ ਹੈ, ਕਦੇ ਖਾਲੀ ਨਹੀਂ ਮੁੜਦਾ। ਅਸੀਂ ਤੇ ਗੁਰੂ ਨਾਨਕ ਦੇ ਘਰ ਬੈਠੇ ਹਾਂ, ਜਿੱਥੇ ਪਾਤਸ਼ਾਹ ਜੀ ਕਹਿੰਦੇ ਨੇ, ਦੇਂਦਾ ਦੇ ਲੈ ਲੈ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਸੰਸਾਰ ਦੇ ਲੋਕ ਲੈਣ ਦੇ ਥੱਕ ਗਏ ਪਦਾਰਥ, ਪਰ ਦੇਣ ਵਾਲਾ ਨਹੀਂ ਥੱਕਿਆ। ਜੇ ਇੱਥੋਂ ਵੀ ਖਾਲੀ ਚਲੇ ਜਾਵਾਂਗੇ ਤੇ ਸਮਝ ਲੈਣਾ ਮੰਗਣਾ ਨਹੀਂ ਆਇਆ, ਮੰਗਣਾ ਨਹੀਂ ਆਇਆ, ਇਸ ਦੀ ਝੋਲੀ ਹੈ ਨਹੀਂ ਤੇ ਉਹ ਤੇ ਦੇਣ ਲਈ ਬੈਠਾ ਹੈ। ਸਵਾਲ ਇਸ ਗੱਲ ਦਾ ਕਿ ਗੁਰੂ ਦਰਬਾਰ ਵਿੱਚ ਲੈਣ ਕੀ ਆਏ ਹਾਂ, ਬੜਾ ਵੱਡਾ ਸਵਾਲ ਹੈ। ਪਦਾਰਥਾਂ ਦਾ ਮੰਗ ਲੈਣਾ ਕੋਈ ਵੱਡੀ ਗੱਲ ਨਹੀਂ, ਧਨ ਦਾ ਧੀਆਂ ਪੁੱਤਰਾਂ ਦਾ ਮੰਗ ਲੈਣਾ ਕੋਈ ਵੱਡੀ ਪ੍ਰਾਪਤੀ ਨਹੀਂ, ਪਰ ਪਰਮਾਤਮਾ ਨੂੰ ਮੰਗ ਲੈਣਾ ਬਹੁਤ ਵੱਡੀ ਕਿਰਪਾ ਹੋਵੇ ਤੇ ਤਾਂ ਸੋਝੀ ਆਉਂਦੀ ਹੈ। ਸਾਡੇ ਮਨ ਨੇ ਕਦੇ ਪਰਮਾਤਮਾ ਨੂੰ ਮੰਗਿਆ ਨਹੀਂ, ਪਦਾਰਥਾਂ ਨੂੰ ਮੰਗਦਾ ਹੈ। ਪਦਾਰਥ ਤੇ ਮੁੱਕ ਜਾਂਦੇ ਨੇ। ਇਸਨੇ ਅੱਜ ਤੱਕ ਜੋ ਵੀ ਮੰਗਿਆ ਉਹ ਮੁੱਕਣ ਵਾਲਾ ਹੈ, ਖਿਆਲ ਰੱਖਣਾ, ਉਹ ਸਦਾ ਰਹਿਣ ਵਾਲਾ ਨਹੀਂ। ਮੈਂ ਬੇਨਤੀ ਕਰ ਸੋਚ ਕੇ ਮੰਗਣਾ ਜੇ ਗੁਰੂ ਦਰਬਾਰ ਵਿੱਚ, ਅਗਰ ਸਤਿਗੁਰ ਕਹਿਣ। ਇੱਕ ਦਿਨ ਮਹਾਂਪੁਰਸ਼ ਬੈਠੇ ਸਨ, ਸ਼੍ਰੀਮਾਨ ਸੰਤ ਬਾਬਾ ਹਰਬੰਸ ਸਿੰਘ ਜੀ ਮਹਾਰਾਜ, ਕਹਿਣ ਲੱਗੇ, ਜੇ ਤੇਰੇ ਸਾਹਮਣੇ ਰੱਬ ਆ ਕੇ ਇਹ ਕਹੇ ਕਿ ਤੂੰ ਕੁਝ ਮੰਗ ਲੈ ਤੇ ਕੀ ਮੰਗੇਗਾ, ਆਖੋ ਸੁਪਨਾ। ਵਾਹਿਗੁਰੂ, ਕੀ ਮੰਗੋਗੇ ਜੇ ਤੁਹਾਡੇ ਸਾਹਮਣੇ ਆ ਕੇ ਰੱਬ ਖੜਾ ਹੋ ਜਾਏ? ਜੇ ਤਾਂ ਛੋਟੀ ਮੱਤ ਹੋਈ ਫਿਰ ਤਾਂ ਕੈਨੇਡਾ ਦਾ ਵੀਜ਼ਾ ਮੰਗ ਲੈਣਾ ਇਹਨੇ, ਇੱਕ ਵਾਰੀ ਕਹਿ ਦਿਓ ਸਤਨਾਮ। ਵਾਹਿਗੁਰੂ, ਜੇ ਖੋਟੀ ਮੱਤ ਹੋ ਗਈ ਤੇ ਇਸਨੇ ਧਨ ਮੰਗ ਲੈਣਾ, ਜੇ ਕਿਤੇ ਬਹੁਤੀ ਬਖਸ਼ਿਸ਼ ਹੋ ਗਈ ਤੇ ਫਿਰ ਪਰਮਾਤਮਾ ਨੂੰ ਹੀ ਮੰਗ ਲੈਣਾ, ਆਖੋ ਸਤਨਾਮ। ਵਾਹਿਗੁਰੂ, ਕਿਤੇ ਸੋਝੀ ਆ ਜਾਏ ਇਸਨੂੰ ਤੇ ਪਾਤਸ਼ਾਹ ਮੰਗਣ ਦੀ ਵੀ ਸੋਝੀ ਦਿੰਦੇ ਨੇ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਜੇ ਮੰਗਣਾ ਹੀ ਹੈ ਤੂੰ ਇੱਕੋ ਹੀ ਚੀਜ਼ ਮੰਗ, ਤੇ ਦਾਤਾ ਗੁਣ ਗਾਵਾਂ ਦਿਨ ਰਾਤ, ਨਾਨਕ ਜਾਓ ਇਹੋ। ਤੁਸੀਂ ਇਹ ਗੱਲ ਕਹੋਗੇ ਇਹਦੇ ਨਾਲ ਲਾਭ ਕੀ ਹੋਏਗਾ, ਜੇ ਗੁਣ ਵੀ ਗਾ ਲਈਏ ਮਿਲੇਗਾ ਕੀ? ਇਸ ਦੀ ਬੁੱਧੀ ਇਹੋ ਜਿਹੀ ਹੈ, ਕੋਈ ਬੰਦਾ ਜੂਨ ਜੁਲਾਈ ਦੇ ਦਿਨਾਂ ਵਿੱਚ ਧੁੱਪ ਵਿੱਚ ਖੜਾ ਸੀ, ਕੋਈ ਸੱਜਣ ਆਇਆ, ਕਹਿਣ ਲੱਗਾ ਆਓ ਤੁਹਾਨੂੰ ਸ਼ਾਮੇ ਕਰ ਦਈਏ। ਇਹ ਉਸਨੂੰ ਕਹਿੰਦਾ ਨਾਲ ਕੀ ਦਿਓਗੇ, ਆਖੋ ਸਤਨਾਮ। ਵਾਹਿਗੁਰੂ, ਆ ਸੁਣਨਾ ਜ਼ਰਾ, ਉਹ ਕਹਿੰਦਾ ਧੁੱਪੇ ਤੋਂ ਸੜਦਾ ਤੈਨੂੰ ਛਾਵੇਂ ਕਰ ਦਈਏ, ਕਹਿੰਦਾ ਨਾਲ ਕੀ ਦਿਓਗੇ? ਅਸੀਂ ਏਦਾਂ ਹੀ ਮੰਗਦੇ, ਨਾਲ ਕੀ ਦਿਓਗੇ? ਇਸ ਤੋਂ ਵੱਧ ਤੈਨੂੰ ਕੀ ਦੇਣਾ, ਆ ਪੁੱਜਣ ਲੱਗਾ ਆ ਗਰਮੀ 'ਚ, ਠੰਡੇ ਖੜਾ ਹੋ ਜਾਏਗਾ, ਤੂੰ ਕਹਿੰਦਾ ਨਾਲ ਕੀ ਦੇਂਗਾ, ਜਿਵੇਂ ਮੇਰਾ ਹੀ ਕੁਝ ਸਵਾਰਨਾ। ਨਹੀਂ ਨਹੀਂ ਨਹੀਂ, ਜੇ ਮੰਗਣਾ ਹੀ ਹੈ ਤੇ ਕਬੀਰ ਸਾਹਿਬ ਕਹਿੰਦੇ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ। ਸੁਣਨਾ ਗੁਰਮੁਖੋ, ਇਹ ਤਾਂ ਕਹਿੰਦਾ ਮੈਨੂੰ ਪਿੰਡ ਦਾ ਪੰਚ ਬਣਾ ਦਿਓ, ਜਿਹੜੀ ਕਸਮ ਕਹੋਗੇ ਖਾਣ ਨੂੰ ਖਾ ਲਾਂਗੇ, ਆਖੋ ਸਤਨਾਮ। ਵਾਹਿਗੁਰੂ,
ਉਹ ਕਹਿੰਦਾ ਵੀ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਖਾਧੀ ਹੈ, ਫਿਰ ਝੂਠ ਬੋਲਦਾ। ਕਹਿੰਦਾ ਜਿੱਦਾਂ ਲੋਕ ਬਾਬੇ ਨੂੰ ਹੋਰ ਚੱਕਦੇ ਓਦਾਂ ਹੀ ਮੈਂ ਚੱਕਦਾ। ਆਖੋ ਸਤਨਾਮ ਵਾਹਿਗੁਰੂ। ਇਹਦੀ ਮਤ ਇੰਨੀ ਮਲੀਨ ਹੋ ਗਈ, ਇਸਨੂੰ ਇਹ ਨਹੀਂ ਪਤਾ ਕਿ ਸਤਿਗੁਰ ਦੀ ਇਹ ਕਸਮ ਕਾਹਦੇ ਲਈ ਖਾਂਦਾ। ਇਸਨੂੰ ਨਹੀਂ ਸੋਚੀ ਆਉਂਦੀ, ਇਸਨੂੰ ਨਹੀਂ ਪਤਾ ਸਤਿਗੁਰ ਕੌਣ ਹੈ, ਸਤਿਗੁਰ ਕੀ ਨੇ। ਇਸਨੂੰ ਇਹ ਸੋਚੀ ਆ ਜਾਏ, ਇਹ ਸੰਸਾਰ ਕਾਂ ਦੀ ਵਿੱਠ ਵਰਗਾ ਲੱਗਦਾ ਓਏ ਦੁਨੀਆਂ ਦੇ ਲੋਕੋ। ਆਖੋ ਸਤਨਾਮ ਵਾਹਿਗੁਰੂ।